ਕਈ ਸਾਲ ਤੋਂ ਸਪਾਊਸ ਵੀਜ਼ਾ ਮੈਰਿਜ ਕੇਸਿਸ ਡੀਲ ਕਰ ਰਿਹਾ ਸਪੈਸ਼ਲੀ ਪੰਜਾਬ ਤੋਂ ਕਈ ਵਾਰ ਮੇਰੇ ਕੋਲ ਕੇਸਿਸ ਪਹੁੰਚਦੇ ਆ ਪੰਜਾਬ ਦੇ ਜੋੜੇ ਜਿਹੜੇ ਡਿਊ ਟੂ ਸਮ ਰੀਜ਼ਨ ਇੰਟਰਕਾਸਟ ਮੈਰਿਜ ਜਾਂ ਇੰਟਰ ਰਿਲੀਜਨ ਮੈਰਿਜ ਜਾਂ ਕੋਈ ਫੈਮਿਲੀ ਪ੍ਰੈਸ਼ਰ ਕਰਕੇ ਉਹ ਉੱਥੋਂ ਪੰਜਾਬ ਤੋਂ ਨਿਕਲ ਕੇ ਜਾਂ ਦਿੱਲੀ ਜਾਂ ਦਿੱਲੀ ਜਾਂ ਯੂਪੀ ਜਾ ਕੇ ਮੈਰਿਜ ਕਰਨਾ ਪਸੰਦ ਕਰਦੇ ਆ। ਕਈ ਐਡਵੋਕੇਟ ਵੀ ਇੱਥੇ ਜਿਹੜੇ ਚੰਡੀਗੜ੍ਹ ਮੋਹਾਲੀ ਜਾਂ ਹੋਰ ਜਲੰਧਰ ਵਗੈਰਾ ਕਈ ਐਡਵੋਕੇਟ ਨੇ ਆਪਣਾ ਬਿਜ਼ਨਸ ਵੀ ਸ਼ੁਰੂ ਕੀਤਾ ਕਿ ਵੀ ਅਸੀਂ ਤੁਹਾਡੀ ਮੈਰਿਜ ਰਜਿਸਟ੍ਰੇਸ਼ਨ ਬਾਹਰ ਕਰਾਵਾਂਗੇ ਪੰਜਾਬ ਤੋਂ ਬਾਹਰ ਜਾ ਕੇ ਜਿਹੜਾ ਕਿਸੇ ਨੂੰ ਪਤਾ ਨਹੀਂ ਚੱਲੇਗਾ ਅਤੇ ਮੈਰਿਜ ਸਰਟੀਫਿਕੇਟ ਮਿਲ ਕੇ ਤੁਸੀਂ ਆਪਣਾ ਕੈਨੇਡਾ ਇਮੀਗ੍ਰੇਸ਼ਨ ਵਗੈਰਾ ਕਰ ਸਕਦੇ ਹੋ। ਰੀਸੈਂਟਲੀ ਮੇਰੇ ਕੋਲ ਕੇਸ ਆਇਆ, ਮੇਰੇ ਕੋਲ ਐਕਚੁਲੀ 3-4 ਕੇਸ ਪਹਿਲਾਂ ਵੀ ਆ ਚੁੱਕੇ ਹੈ। ਸੋਰੀ ਟੂ ਸੇ, ਮੈਂ ਉਹਨਾਂ ਨੂੰ ਵੀ ਮੈਨੂੰ ਅਫਸੋਸ ਨਾਲ ਕਹਿਣਾ ਹੁੰਦਾ ਕਿ ਵੀ ਉਹਨਾਂ ਦੇ ਜਿਹੜੇ ਮੈਰਿਜ ਸਰਟੀਫਿਕੇਟ ਹੈ ਇਸ਼ੂਡ ਫਰੋਮ ਗਾਜ਼ੀਆਬਾਦ, ਇਹ ਕਦੇ ਵੀ ਕੈਨੇਡੀਅਨ ਵੀਜ਼ਾ ਆਫੀਸਰ ਨੇ ਐਕਸੈਪਟ ਨਹੀਂ ਕੀਤਾ ਬਿਕੋਜ਼ ਆਫ ਡਿਫਰੈਂਟ ਵਾਇਲੇਸ਼ਨ ਆਫ ਰੂਲਸ, ਕਿਉਂਕਿ ਉਹਨਾਂ ਦਾ ਉਸ ਵੇਲੇ ਡੋਮਿਸਾਈਲ ਸਰਟੀਫਿਕੇਟ ਨਹੀਂ ਸੀਗਾ ਯੂਪੀ 'ਚ ਰਹਿਣ ਵਾਲਾ ਕਿਸੇ ਇੱਕ ਪਾਰਟਨਰ ਦਾ। ਇਸ ਕਰਕੇ ਉਹਨਾਂ ਦੇ ਡਾਕੂਮੈਂਟ ਦੀ ਜੋ ਜਿਹੜੀ ਲੀਗੈਲਿਟੀ 'ਚ ਸ਼ੱਕ ਹੋ ਗਿਆ। ਜਿਹੜੇ ਰਿਚੁਅਲਸ ਵੀ ਕਰਦੇ ਆ, ਜਿਹੜੇ ਪੰਡਿਤ ਵਾਲਾ ਰਿਚੁਅਲਸ ਕਰਦੇ ਆ, ਉਹ ਵੀ ਉਹਨਾਂ ਨੇ ਪ੍ਰੋਪਰ ਰਿਚੁਅਲਸ ਨਹੀਂ ਸੀ। ਵਿਟਨੈਸ ਵੀ ਉਹਨਾਂ ਨੇ ਪੈਸੇ ਖਰੀਦ ਕੇ ਜਿਹੜੇ ਉਹਨਾਂ ਦੇ ਜਿਹੜੇ ਕੰਪਲੈਕਸ ਹੈ ਟੈਂਪਲ ਕੰਪਲੈਕਸ ਤੋਂ ਉਹਨਾਂ ਨੇ ਇਕੱਠੇ ਕੀਤੇ ਹੋਏ। ਸੋ ਜੋ ਵੀਜ਼ਾ ਆਫੀਸਰਸ ਆ, ਦੇ ਵਰ ਨਾਟ ਸੈਟਿਸਫਾਈ ਕਿ ਦਿਸ ਮੈਰਿਜ ਹੈਜ਼ ਬੀਨ ਪ੍ਰੋਪਰਲੀ ਡਨ ਅਕੋਰਡਿੰਗ ਟੂ ਰੂਲਸ। ਸੋ ਇਹਦੇ ਬਾਰੇ ਐਕਚੁਲੀ ਕਈ ਇਹ ਆਰਟੀਕਲਸ ਵੀ ਨਿਕਲੇ ਹੋਏ ਹੈ ਵੈਬਸਾਈਟ, ਤੁਸੀਂ ਜਿਹੜਾ ਗੂਗਲ 'ਤੇ ਟਾਈਪ ਕਰ ਲਓਗੇ ਤੁਹਾਨੂੰ ਪਤਾ ਲੱਗ ਜਾਏਗਾ। ਵਟ ਆਈ ਟਾਈਪ ਇਸ ਔਨ ਯੂ ਨੋ ਟੈਂਪਲ ਮੈਰਿਜ ਇਜ਼ ਹੈਲਡ ਫੋਰ ਮੈਰਿਜ, ਇਹ ਦੇਖੋ ਇਹ ਛੇ ਮੈਰਿਜ ਜਿਹੜੇ ਸੈਰੇਮਨੀ ਵਾਲੇ ਮੰਦਿਰ ਸੀ ਆਰਿਆ ਸਮਾਜ ਇਨ ਖਵੀ ਨਗਰ ਵਿਜੇ ਨਗਰ ਏਰੀਆ ਬੁੱਕਡ ਔਨ ਫਰਾਈਡੇ ਨਾਈਟ, ਇਹ ਖਬਰ ਹੈ 2018 ਦੀ। ਲੇਕਿਨ ਇਹਦੇ ਬਾਅਦ ਫਿਰ ਵੀ ਕਈ ਲੋਕ ਫਿਰ ਵੀ ਪੰਜਾਬ ਤੋਂ ਆ ਕੇ ਮੈਰਿਜ ਕਰਦੇ ਰਹੇ। ਦੇ ਡਿਡ ਨਾਟ ਨੋ ਔਰ ਕੇਅਰ। ਸੋ ਇਹਦੇ ਲਿਖਿਆ ਹੋਇਆ ਆਰਿਆ ਕੇਂਦਰੀ ਸਭਾ, ਨਰਿੰਦਰ ਪੰਚਾਲ, ਫਲਾਨ ਫਲਾਨਾ, ਬਹੁਤ ਸਾਰੇ ਨਾਮ ਲਿਖੇ ਹੋਏ ਹੈ। ਸੋ ਇਹ ਤੁਸੀਂ ਦੇਖ ਲਓ ਕਿ ਵੀ ਜੇਕਰ ਤੁਸੀਂ ਸੋਚ ਰਹੇ ਹੋ ਕਿ ਅਗਰ ਜੇ ਮੈਂ ਸਪਾਊਸ ਵੀਜ਼ਾ ਅਪਲਾਈ ਕਰਨਾ ਹੈ ਕਿਸੇ ਦਾ ਜਾਂ PR ਅਪਲਾਈ ਕਰਨਾ ਹੈ ਕੈਨੇਡਾ ਤੋਂ, ਤੁਹਾਡੀ ਵਾਈਫ ਜਾਂ ਹਸਬੈਂਡ ਆ ਕੇ ਇੱਥੇ ਆ ਕੇ ਦਿੱਲੀ ਆ ਕੇ ਆਪਾਂ ਮੈਰਿਜ ਕਰ ਲਾਂਗੇ, ਕਿਸੇ ਨੂੰ ਪਤਾ ਨਹੀਂ ਚੱਲੇਗਾ। ਸੋ ਇਹ ਤੁਹਾਡਾ ਕੇਸ ਥਰੂ ਨਹੀਂ ਹੋਣਾ ਜੇਕਰ ਤੁਸੀਂ ਮੈਰਿਜ ਕਰਨ ਦੀ ਸੋਚ ਰਹੇ ਹੋ, ਅਤੇ ਕਰੋ ਪੰਜਾਬ ਜਾਂ ਤਾਂ ਸਪੈਸ਼ਲ ਮੈਰਿਜ ਐਕਟ ਅੰਦਰ ਕਰ ਲਓ, ਅੰਡਰ ਥਰੂ ਹਾਈ ਕੋਰਟ ਉੱਥੋਂ ਕਰ ਲਓ, ਜਾਂ ਤਾਂ ਫਿਰ ਪ੍ਰੋਪਰ ਤਰੀਕੇ ਨਾਲ ਕਰੋ। ਜਾਂ ਅਗਰ ਜੇ ਤੁਸੀਂ UP ਜਾਂ ਦਿੱਲੀ ਕਰਨਾ ਵੀ ਹੈ ਤਾਂ ਤੁਹਾਨੂੰ ਉੱਥੇ ਪਹਿਲਾਂ ਰਿਹਾਇਸ਼ ਆਪਣੀ ਇਸਟੈਬਲਿਸ਼ ਕਰਨੀ ਪਏਗੀ, ਇੱਕ ਮਹੀਨਾ ਹੈ ਮਿਨੀਮਮ। ਆਈ ਥਿੰਕ ਦ UP ਰੂਲਸ ਇਸ ਕੇ 1 month, ਉੱਥੇ ਤੁਸੀਂ ਜਾ ਕੇ ਰਹੋਗੇ, ਫਿਰ ਜਾ ਕੇ ਤੁਸੀਂ ਆਪਣਾ ਉਹ ਐਪਲੀਕੇਸ਼ਨ ਪੁੱਟਅਪ ਕਰਕੇ ਕਰ ਸਕਦੇ ਹੋ। ਅਤੇ ਪ੍ਰੋਪਰ ਮੰਦਿਰ ਨੂੰ ਦੇਖਣਾ ਹੈ ਕਿ ਮੰਦਿਰ ਦਾ ਇਹ ਨਹੀਂ ਹੈ ਕੋਈ ਵੀ ਮੰਦਿਰ ਪੁਜਾਏ। ਸੋ ਕਈ ਸਾਰੇ ਆਰਟੀਕਲਸ ਵੀ ਆਏ ਹੋਏ ਹੈ। ਇੱਕ ਆਰਟੀਕਲ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ, ਦਿਸ ਇਜ਼ ਐਨ ਆਰਟੀਕਲ ਬਾਏ, ਲੈਟ ਮੀ ਸ਼ੋ ਯੂ ਹੂ। ਬੜੀ ਹੈਰਾਨੀ ਹੁੰਦੀ ਹੈ ਕਿ ਕਈ ਮੰਦਿਰ ਵੀ ਫੇਕ ਮੰਦਿਰ ਹੈ। ਆਪਾਂ ਸੁਣਿਆ ਸੀ ਫੇਕ ਮੈਰਿਜ, ਫੇਕ ਡਾਕੂਮੈਂਟਸ, ਬਈ ਫੇਕ ਮੰਦਿਰ ਵੀ ਹੋ ਸਕਦੇ ਹੈ, ਅਤੇ ਇਹਦੇ ਬਾਰੇ ਸਾਨੂੰ ਪਤਾ ਨਹੀਂ ਸੀ ਪਹਿਲਾਂ। ਲੇਕਿਨ ਦੇਖ ਲਓ ਕਿ ਕਈ ਇਹਦੇ ਵਿੱਚ ਲਿਖੇ ਹੋਏ ਹੈ, ਕੁਛ ਮੰਦਿਰ ਇਹ ਜਾ ਕੇ ਉਹ ਇਨਲੈਜੀਟੀਮੇਟ ਉਹਨਾਂ ਨੇ ਕਰਾਰ ਦਿੱਤਾ ਹੈ ਕਿ ਵੀ ਦੀਸ ਮੈਰਿਜ ਦੀਸ ਮੰਦਿਰਸ ਕੈਨ ਨਾਟ ਡੂ ਅ ਮੈਰਿਜ। ਸੇਵਕ ਮੰਡਲ, ਆਰਿਆ ਸਮਾਜ, ਹਨੂਮਾਨ ਰੋਡ, ਆਰਿਆ ਸਾਜ ਵੈਦਿਕ ਪ੍ਰਚਾਰ ਸਹਿਤੀ, ਵਟਐਵਰ, ਆਰਿਆ ਸਮਾਜਿਕ ਵੈਦਿਕ ਮੈਰਿਜ ਮੰਡਲ, ਆਰਿਆ ਸਮਾਜ ਮੰਦਿਰ ਸੇਵਾ ਸਹਿਤੀ, ਆਰਿਆ ਸਮਾਜ ਵਿਵਾਹ ਮੰਦਿਰ ਟਰੱਸਟ, ਇਹ ਸਾਰੇ ਮੰਦਿਰ ਇਲੀਗਲ ਹੈ, ਇਹ ਮੈਰਿਜ ਨਹੀਂ ਕਰਾ ਸਕਦੇ। ਅਤੇ ਹੋਰ ਵੀ ਤੁਹਾਨੂੰ ਆਰਟੀਕਲ ਦਿਖਾਉਂਦੇ ਹਾਂ ਐਕਚੁਲੀ, ਦਿਸ ਵਨ ਟੈਂਪਲ ਮੈਰਿਜ ਹੈਲਪ ਫੋਰ ਮੈਰਿਜ ਸਰਟੀਫਿਕੇਟ ਫੋਜਰੀ, ਮੈਰਿਜ ਦੀ ਫੋਜਰੀ ਵੀ ਚੱਲ ਰਹੀ ਹੈ ਦੇਖੋ, ਮਤਲਬ ਕਿ ਟੈਂਪਲ ਸਰਟੀਫਿਕੇਟ ਹੀ ਫੋਜ ਬਣ ਰਿਹਾ। ਸੋ ਕਿਰਪਾ ਕਰਕੇ ਅਗਰ ਤੁਸੀਂ ਮੈਰਿਜ ਕਰਾਉਣੀ ਹੈ, ਆਰਿਆ ਸਮਾਜ ਮੰਦਿਰ ਨਾ ਮੈਰਿਜ ਕਰਾਓ, ਕੋਈ ਸ਼ੱਕ ਨਾ ਪੈਦਾ ਕਰੋ। ਜੇ ਕੈਨੇਡਾ ਦੀ ਫਾਈਲ ਲਾਉਣੀ ਤੁਸੀਂ, ਡੋਂਟ ਗੋ ਟੂ ਆਰਿਆ ਸਮਾਜ ਮੰਦਿਰ, ਡੂ ਸਮਵੇਅਰ ਐਲਸ, ਗੋ ਟੂ ਸਮ ਅਦਰ ਮੰਦਿਰ, ਮੇ ਬੀ ਆਰ ਨੋ ਸਮ ਅਦਰ ਮੰਦਿਰ, ਨਾਟ ਆਰਿਆ ਸਮਾਜ ਮੰਦਿਰ। ਪਰ ਉੱਥੇ ਦੇ ਰੂਲਸ ਪਤਾ ਕਰ ਲਓ, ਜਿਸ ਤਰ੍ਹਾਂ UP ਦੇ ਰੂਲਸ, ਤੁਹਾਨੂੰ ਮੈਂ ਦੱਸਿਆ ਕਿ ਉੱਥੇ ਡੋਮਸਾਈਲ ਰਿਕੁਆਇਰਮੈਂਟ ਹੈ ਅਕੋਰਡਿੰਗ ਟੂ UP ਮੈਰਿਜ ਐਕਟ। ਦਿੱਲੀ ਦੇ ਕੀ ਰੂਲ ਹੈ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਮੰਦਿਰ 'ਤੇ ਕਦੇ ਅੱਜ ਤੱਕ ਵਿਆਹ ਨਹੀਂ ਕਰਾਇਆ, ਆਪਣਾ ਵੀ ਕਿਆ ਮੇਰਾ ਕਦੇ ਨਹੀਂ ਹੋਇਆ। ਸੋ ਮੈਨੂੰ ਦਿੱਲੀ ਦੇ ਮੰਦਿਰ ਦਾ ਵੀ ਰੂਲ ਪਤਾ ਨਹੀਂ ਹੈ। ਲੇਕਿਨ ਹਾਂ, ਤੁਸੀਂ ਅਗਰ ਉਸ ਏਰੀਆ ਵਿੱਚ ਰਹਿ ਰਹੇ ਹੋ, ਤੁਹਾਡੇ ਕੋਲ ਰਾਸ਼ਨ ਕਾਰਡ ਹੈ, ਵੋਟਰ ਕਾਰਡ ਹੈ, ਆਧਾਰ ਕਾਰਡ ਹੈ, ਅਤੇ ਪ੍ਰੋਪਰ ਅਗਰ ਮੰਦਿਰ ਰੈਕੋਗਨਾਈਜ਼ਡ ਹੈ, ਡੈਟ ਮੀਨ ਮੰਦਿਰ ਰੈਕੋਗਨਾਈਜ਼ ਕਿੱਦਾਂ ਪਤਾ ਹੋਏਗਾ, ਜਾ ਕੇ ਤੁਸੀਂ ਉਹਨਾਂ ਨੂੰ ਪੁਜਾਰੀ ਸਾਹਿਬ ਨੂੰ ਪੁੱਛੋ, ਪੁਜਾਰੀ ਸਾਹਿਬ ਤੁਹਾਡੇ ਕੋਲ ਕੋਈ ਆਫੀਸ਼ੀਅਲ ਕੋਈ ਲੈਟਰ ਹੈ ਸਰਕਾਰ ਤੋਂ ਕਿ ਯੂ ਆਰ ਆਥੋਰਾਈਜ਼ ਟੂ ਡੂ ਮੈਰਿਜਸ, ਜਾਂ ਤੁਹਾਡੇ ਕੋਲ ਆਪਣਾ ਕੋਈ ਲਾਇਸੈਂਸ ਹੈ, ਕੈਨ ਯੂ ਗਿਵ ਮੀ ਯੋਰ ID ਵਗੈਰਾ। ਅਤੇ ਅਗਰ ਜੇ ਫੇਕ ਹੋਏਗਾ ਤਾਂ ਪਹਿਲਾਂ ਹੀ ਤੁਹਾਨੂੰ ਉਹਨਾਂ ਨੇ ਅੱਖਾਂ ਦਿਖਾ ਦੇਣੀ, ਅਦਰਵਾਈਜ਼ ਦੇ ਵਿਲ ਪ੍ਰੋਵਾਈਡ ਯੂ ਦੋਜ਼ ਡਾਕੂਮੈਂਟਸ। ਸੋ ਆਰਿਆ ਸਮਾਜ ਮੰਦਿਰ ਦੀ ਜੋ ਵੀ ਮੈਰਿਜ ਹੈ ਕੈਨੇਡਾ ਵੀਜ਼ਾ ਆਫੀਸਰ ਨੇ ਐਕਸੈਪਟ ਨਹੀਂ ਕੀਤੀ ਹੈ। ਆਈ ਫੀਲ ਸੋਰੀ ਫੋਰ ਪੀਪਲ
who are getting married and now they are stuck in the one partner stuck ho gaya the canada dusra hai utthe punjab te unna nu samajh nahi aa raha ki hun ki hovega hun ek var marriage te ho gayi sarkar ne marriage certificate issue kar liya lekin canadian high commission man nu taiyar nahi hai ya te tusi unna nu high court challenge karo ja ke kise kol paisa ho oh challenge karega ki bhai tusi dasso ki bhai idhar ki problem hai and let the high commission and the mandir people fight it out ek te oh tarika ho sakda hai दूसरा तरीका यह हो सकता है कि भी जे तो अगर मैरिज हम दोबारा डिवोर्स तो हो नहीं सकता तो दोबारा रीमैरिज हो नहीं सकती जे अगर हस्बैंड वाइफ कट्ठे रह के मिनिमम एक साल कट्ठे रह के कॉमन लॉ पार्टनरशिप इस्टैबलिश करते हैं तो गल बन सकती है लेकिन सवाल यह कि जो स्टूडेंट ऑलरेडी स्टडी वीजा से एक पार्टनर बैठा हुआ है या पी आर बैठा हुआ है वह कैनेडा छड़न तैयार नहीं है सो यू नो एट द एंड ऑफ द डे बोथ पीपल आर स्टक इन फ्यूचर अगर जो तुम मैरिज करने की सोच रहे हो बिकॉज ऑफ रेस प्रॉब्लम रिलीजन प्रॉब्लम या सीक्रेसी है कुछ जो भी वजह है कृपा करके तुम आर्य समाज मंदिर से दूर रहो तो वधिया रहोगे बाकी जिथे करनी है मैरिज लीगली दे रूल्स चेक करके मैरिज करो दैट्स ऑल आई वांट टू से स्टे सेफ एंड यू नो चेक द लॉ फर्स्ट बिफोर टेकिंग एनी स्टेप्स बाय बाय